درود پڑھو تو میں خود شروع کراں. محمد ماشاء اللہ لا حول ولا باللہ العلی العظیم. الحمد للہ الذین بلا قلوبنا خیرات نہیں حق اپنا ہے تے اصحاب تو منگ دی پیا میں وارس الام رسول دیا مت سمجھے میں بھول گئی میں وارس الام اور رسول دیا مت سمجھے میں بھول گئی لفظ سمجھے بسم اللہ کرا دنیا دا کوئی غم نہ دیکھے جی بسم اللہ کرا بسم اللہ کرا بتول دیا دی را دیو بھی میرا دل چاہتا ہے میں پہلا جملہ پھر پڑھا بی بی آدی خیرات نہیں حق اپنا ہے تے اصحاب تو منگ دی پیا او میں وارس الام رسول دیا مت سمجھ میں بھول گئی بی بی آدی نہیں اتنی دیر میں کھڑ سنگ دی سلطان پیو دی دیا میں کوئی نہیں مان بھراوا دے تو خالی وہ دی جی بسم اللہ کرا بسم اللہ کرا بتول دیا دی را دی اونی میرے حصے دی یار مکانوں کی میرا وڈا بھرا سگے شبیر حسین شاہ زینت صدات ممبر تے تشریف فرماؤ گئے میرا مقصد ہی ہوئی میری انتظار مک گئی ہے کبھی آوین غریب سیدادی دی غربت دا سنو چا اللہ نہ کرے قیدی دی ماں دنیا تو ٹر ونجے بھائی شبیر حسین جڑا دیاں تے اوکھا ویلا آندا ہے ساوری حویلی چوٹھی کے پیکے ویلے چا کے ماں نو لک لک کے درد سنے دیا زہرا دی اپنی قسمت اما موجود کوئی نہیں بابا بھی موجود نہیں قبر بابے تے آ کے ڈوے ہاتھ قدر تے نکھن دا ارادہ کیتا ہے لیکن مجبوری ہو جائیے ایک ہاتھ سائیں دا پاسے تے آ گئی پیو دی قبر تے ہاتھ لا کے آ دی تہاڈا کفن بھی میلا نہیں ہویا تے میں مک گئی ہاں رو رو کے متیاں تو ریا حق منگ دی میں سیلا وا جی بسم اللہ کرا یار بتول دیا دھیرا دی ہوئی او دھاڑے امتیاں تو ریا حق منگ دی میں سیلا وا کھلو کے مقتل چو میں والا یا فارغ
ਕੇ ਸਲਾਹ ਕਿਆ ਲਿਓ, ਜ਼ਿੰਦਗੀ ਦਾ ਕੋਈ ਪਤਾ ਨਹੀਂ, ਬਸ ਇੱਕ ਵੈਨ ਕਰਾਂ ਤੇ ਤਲਬ ਦੁਆ। ਮੇਰੇ ਬਾਦ ਬਹਿਰੁਲ ਮੁਸਾਹਿਬ ਸੈਯਦ ਸ਼ਬੀਰ ਹੁਸੈਨ ਸ਼ਾਹ ਸ਼ਬੀਰ ਜ਼ੁਲ ਜਨਾਹ ਬਰਾਮਦ ਕਰੇ ਸਨ, ਮੇਰੇ ਹਿੱਸੇ ਦੀ ਬਾਬਾ ਜੀ ਮੁਕਾਨ ਹੋ ਗਈ, ਮੈਂ ਮੁਤਮਿਨਾ, ਮੇਰੇ ਵਾਸਤੇ ਇਤਨਾ ਹੀ ਮੇਰੀ ਨਜਾਤ ਦਾ ਵਸੀਲਾ ਬਣ ਗਿਆ। ਹੁਸੈਨ ਬਾਦਸ਼ਾਹ ਡਿਠਾਏ, ਬਾਬੇ ਅਲੀ ਨੇ ਜ਼ਹਰਾ ਕੋ ਕਫਨ ਪੁਆਇਆ, ਜਨਾਬੇ ਸੈਯਦਾ ਨੇ ਵਸੀਤਾ ਲਈ ਸ਼ਹਿਨ ਸ਼ਾਹ ਕੋ ਕਰਨੀਆਂ ਸ਼ੁਰੂ ਕੀਤੀਆਂ। ਮੇਰਾ ਭਾਈ ਸ਼ਾਮ ਤੋਂ ਅੱਜ ਵਾਪਸ ਆਇਆ ਹੈ, ਇਮਰਾਨ ਕਾਜ਼ਮੀ ਪੂਰੇ ਵਾਲਾ, ਉਹ ਜੁਮਲਾ ਦੁਰਾ ਗਏ ਤੇ ਮੈਂ ਦੁਰਾਂ ਦਾ ਪਿਆ। ਮੇਰੀ ਸੈਨ ਨੇ ਆਖਿਆ, ਯਾ ਅਲੀ, ਮੇਰੀ ਉਹ ਵਸੀਅਤ ਹੈ ਜਿਹੜੇ ਵੇਲੇ ਕਬਰ ਸਮਾ ਕੇ ਮੇਰੇ ਤੇ ਤਲਕੀਨ ਪੜੇ, ਮੇਰੀਆਂ ਪਸਲੀਆਂ ਤਰੁੱਟੀਆਂ ਹੋਈਆਂ ਜੀ, ਬਿਸਮਿਲ੍ਲਾ ਕਰਾ। ਯਾ ਅਲੀ, ਮੁਸਲਮਾਨਾਂ ਮੈਂ ਕੁਅਜਰੇ ਰਸਾਲਾ ਦਿੱਤਾ ਹੈ, ਅਲੀ ਸ਼ੈਨ ਸ਼ਾਹ ਡਿੱਠਾ ਹੈ ਉਸ ਲੋਕ ਕਫਨ ਤੋਂ ਬਾਅਦ, ਫਰਮੇ ਦਿਨ ਮੇਡਾ ਲਾਲ, ਆਓ ਮਾਂ ਦਾ ਮੂੰਡੇ ਗਿਨੋ। ਹੁਸੈਨ ਰੋਂਦੇ ਬੈਠੇ, ਹਸਨ ਕਰੀਬ ਆ ਗਏ, ਅਲੀ ਡਿੱਠਾ, ਹੁਸੈਨ ਨਹੀਂ ਆਉਂਦੇ। ਹੁਸੈਨ ਦੇ ਮੁਖਾਤਬ ਹੋ ਕੇ ਪੁੱਤਰ ਦੀ ਦਾੜੀ ਤੇ ਬੋਸਾ ਦੇ ਕੇ, ਆ ਦਿਨ ਮੋਢੇ ਖਿਨੋ, ਆਓ ਅੰਬੜੀ ਮਾਤਮ ਜਾਏ ਦੇ ਜੁਮਲੇ ਮੁਕਾਨ ਦੇ। ਹੁਸੈਨ ਕੋ ਆਦੇ ਪੈਣੇ ਮੋਠੇ ਖਿਨੋ, ਆਓ ਅੰਬੜੀ ਦਾ ਬਾਂਧੇ ਕਫਨ ਦੇ ਆਪ ਖੋਲੇ ਦਾ, ਜਿਹੜੀ ਹੱਥ ਨਹੀਂ ਚੈਂਦੇ ਪਾਸੇ ਤੋਂ ਸਾਰੇ ਹਾਲਾਤ ਦੱਸੇ ਦਾ। ਅਲੀ ਦੀ ਆਵਾਜ਼ ਆਉਂਦੀ, ਹੁਸੈਨ ਮੈਂ ਤਮਾਮ ਔਲਾਦ ਕੁੜੇ ਦਾ ਪਿਆ, ਮੇਰੀ ਸਾਰੀ ਔਲਾਦ ਮੌਜੂਦ ਹੈ, ਮੇਰੀਆਂ ਧੀਆਂ ਭੈਣਾਂ ਸਾਰੀਆਂ ਮੌਜੂਦ ਹਨ, ਲੇਕਿਨ ਮੈਡੇ ਦਾ ਪਿਆ ਤੁਹਾਡੀ ਭੈਣ ਆਲੀਆ ਜ਼ੈਨਬ ਮੇਰੇ ਕੋ ਨਜ਼ਰ ਨਹੀਂ ਆਉਂਦੀ। ਜਿਹੜਾ ਹੁਸੈਨ ਦੇ ਸੀ ਉਹ ਜੁਮਲੇ ਸੁਣੇ ਨਾ, ਗਰੀਬ ਮਿੱਟੀ ਤੇ ਬੈਠਾਈਏ ਤੇ ਜਲ ਪਾਉਂਦਾ ਹੈ, ਬਾਬੇ ਦੇ ਪਾਸੇ ਦੇਖ ਕੇ ਪਾ ਦੇਣ, ਓ ਮਈਆ ਤੇ ਆਵਣਾ ਚਾਹਦੀ ਹੈ ਪਰ ਤੁਹਾਡੇ ਤੋਂ ਸ਼ਰਮੇ ਦੀ ਹੈ। ਖੋਲਣ ਵਾਲੀ ਮਈਆ ਤੇ ਉੱਤੇ ਇਹੋ ਗਾਲ ਜਿਗਰ ਕੋ ਖਾਂਦੀ ਹੈ, ਉਹ ਤੁਸਾਂ ਬਾਹਰ ਠਹਿਰੋ ਹੈ ਗਲਾਜ਼ਾ, ਤੁਸਾਂ ਬਾਹਰ ਠਹਿਰੋ ਹੈ ਗਲਾਜ਼ਾ, ਮੈਂ ਭੇਨ ਕੋ ਆਪ ਸੜੇ ਦਾ। ਅਲੀ ਸ਼ੈਨ ਸ਼ਾਹ ਧੀ ਦੇ ਅਦਬ ਤੋਂ, ਧੀ ਦੇ ਅਦਬ ਤੋਂ ਬਾਜ਼ਾਰ ਚ ਮੇਰਾ ਇਮਾਮ ਆ ਕੇ ਰਾਜ ਰੁਨਾ ਹੈ, ਸੁਲੇਮਾਨ ਸੈਯਦਜ਼ਾਦਾ ਕਰੀਬ ਆਇਆ ਹੈ, ਅਲੀ ਦੇ ਕਦਮਾਂ ਤੇ ਹੱਥ ਲਾ ਕੇ ਆਉਂਦਾ, ਮੌਲਾ ਘੱਟ ਰੋਵੋ ਥੋੜਾ ਰੋਵੋ ਰਸਮੀ ਰੋਵੋ। ਜੱਡਾ ਅਲੀ ਨੇ ਸੁਣਾ ਹੈ ਜੋ ਆਦਾ ਪਿਆ, ਰਸਮੀ ਰੋਵੋ। ਇਮਾਮ ਦਾ ਇਮਾਮਾ ਖੁੱਲਾ ਗੱਲ ਚ ਆਇਆ ਹੈ, ਦਾੜੀ ਹਜੂਆ ਨਾਲ ਹੋਰ ਪੁੱਛ ਗਈ ਹੈ, ਮੇਰੇ ਇਮਾਮ ਦੀ ਆਵਾਜ਼ ਪਈ ਆਦੀ ਹੈ, ਤੂੰ ਕਿਆ ਸਮਝਦਾ ਹੈ ਭਾਈ, ਮੇਰਾ ਰੋਵਣ ਇਹ ਕੋਈ ਰਸਮੀ ਹੈ, ਮੈਂ ਕਿਉਂ ਕਸਮ ਹੈ ਉਹਦੀ ਕੁਦਰਤ ਦੀ ਜ਼ਹਰਾ ਹੁਣ ਤੋੜੀ ਜੀ। ਬਿਸਮਿਲ੍ਲਾ ਕਰਾ, ਦੁਨੀਆਂ ਦਾ ਕੋਈ ਗਮ ਨਾ ਦੇਖੋ, ਸੁਲੇਮਾਨ ਕਦਮਾਂ ਤੇ ਜਨ ਪਿਆ ਦਾ, ਮੌਲਾ ਤੁਸਾਂ ਇੱਥਾਂ ਖੜ ਕਰਾਉਂਦੇ ਹੋ ਬਾਜ਼ਾਰਾਂ ਦੇ ਵਿੱਚ, ਮੁਹੰਮਦ ਦੀ ਧੀ ਦੇ ਕਾਤਲ ਹੱਸਦੇ ਪਏ ਨਾ, ਮੌਲਾ ਮੈਂ ਤੁਰਿਆ ਦਾ ਇੱਕ ਬੰਦਾ ਮੇਰੇ ਕਰੀਬ ਆਇਆ ਹੈ, ਹੱਸ ਕੇ ਮੇਰਾ ਦਾਮਨ ਨਾਪ ਕੇ ਆਉਂਦਾ ਹੈ, ਅੱਜ ਆਪਣੇ ਸਰਦਾਰ ਅਲੀ ਕੋ ਸਾਡਾ ਪੈਗਾਮ ਦੇ। ਮੈਂ ਆਖਿਆ ਕਿਹੜਾ, ਮੇਰੇ ਪਾਸ ਦੇ ਕੇ ਆਉਂਦਾ ਹੈ, ਉਹ ਵਾਂਝੇ ਆਖ ਹਸਣ ਦੇ ਪਾਪੇ ਕੋ ਆਸਾ ਕਿਵੇਂ ਕਰਜ਼ਾ ਉਤਾਰਾ ਹੈ, ਤੈ ਮਾਰਾ ਹੈ ਸਾਡੇ ਮਰਦਾ ਕੋ ਆਸਾ ਮਹਸਨੈਨ ਕੋ ਮਾਰਾ ਅੱਲਾ ਲਾਣ ਤੁਲਾ ਹੈ ਕੋ ਮਜ਼ਾਲਮੀਨ।